ਹੁਸ਼ਿਆਰਪੁਰ ਦਾ ਇੱਕ ਨੌਜਵਾਨ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰੋਜ਼ਾਨਾ ਆਉਂਦਾ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ। ਅੱਜ ਤੱਕ ਜਿੱਥੇ ਵੀ ਲੋੜ ਪਈ ਹੈ ਲੰਗਰ ਦੀ ਤਾਂ ਗੁਰੂ ਘਰ ਦੇ ਸੇਵਾਦਾਰ ਕਦੇ ਵੀ ਜਿਹੜਾ ਉਹ ਪਿੱਛੇ ਨਹੀਂ ਹਟਦੇ। ਸੋ ਰੋਜ਼ਾਨਾ ਹੀ ਜਿਹੜੀ ਸੇਵਾ ਲਗਾਤਾਰ ਚੱਲਦੀ ਹੈ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜੀ ਹੈ ਇਹ ਵੀਰ ਵੱਲੋਂ ਸੇਵਾ ਇੱਥੇ ਚਲਾਈ ਜਾਂਦੀ ਹੈ। ਬਾਈ ਜੀ, ਸੈਂਕੜੇ ਕਿਲੋਮੀਟਰ ਤੋਂ ਰੋਜ਼ਾਨਾ ਚੱਲ ਕੇ ਇੱਥੇ ਹਜ਼ਾਰਾਂ ਲੋਕਾਂ ਦਾ ਢਿੱਡ ਭਰਨ ਆਉਂਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਵਧੀਆ ਲੱਗਦਾ ਜੀ, ਸਾਰੇ ਵਧੀਆ ਬੋਲਦੇ ਆ। ਸਾਰੇ ਸਟੇਸ਼ਨਾਂ 'ਤੇ ਜਾਂਦਾ ਜੀ, ਇੱਥੇ ਇੱਥੇ ਵੀ ਕਮ ਸੇ ਕਮ 6-7-8 ਸੌ ਬੰਦਾ ਤਾਂ ਛਕੇ ਜਾਂਦਾ ਜੀ। ਲੁਧਿਆਣੇ 'ਚ 3 ਜਗ੍ਹਾ ਆਉਂਦਾ ਜੀ, ਇੱਕ ਬੱਸ ਅੱਡੇ ਅਤੇ ਇੱਕ DMC ਅਤੇ ਇੱਕ ਇੱਥੇ ਸਿਵਲ ਹੋਸਪਿਟਲ। ਤਰਨ ਤਰਨ, ਰੋਪੜ, ਗੜਸ਼ੰਕਰ, ਨਵਾਂਸ਼ਹਿਰ, PGI, ਚੰਡੀਗੜ੍ਹ, ਖੰਨਾ, ਇੱਧਰੋਂ ਬਟਾਲਾ, ਗੁਰਦਾਸਪੁਰ, ਸਾਰੇ ਪਾਸੇ ਜਾਂਦਾ ਜੀ। ਕਿਹੜੀ ਸੰਸਥਾ ਵੱਲੋਂ ਇਹ ਲੰਗਰ ਚਲਾਇਆ ਜਾਂਦਾ ਕਿ ਤੁਹਾਡੇ ਆਪਣੇ ਵੱਲੋਂ ਇਹ ਲੰਗਰ ਇੱਥੇ ਲਿਆਂਦਾ ਜਾਂਦਾ? ਨਹੀਂ ਜੀ, ਮੇਰੇ ਵੱਲੋਂ ਨਹੀਂ ਹੈਗਾ ਜੀ, ਇਹ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰ ਹੀਰਾ ਹੁਸ਼ਿਆਰਪੁਰ ਅਤੇ ਬਾਬਾ ਮਨਜੀਤ ਸਿੰਘ ਜੀ ਆ ਜਿਹੜੇ ਬਾਹਰ ਵਿਦੇਸ਼ਾਂ 'ਚ ਆ, ਅਤੇ ਉਹਨਾਂ ਵੱਲੋਂ ਆ ਜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਵੱਲੋਂ ਚਲਾਇਆ ਗਿਆ 20 ਰੁਪਏ ਦਾ ਲੰਗਰ ਅੱਜ ਵੀ ਲੱਖਾਂ ਹਜ਼ਾਰਾਂ ਲੋਕਾਂ ਦੇ ਢਿੱਡ ਭਰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈੱਡਲਾਈਨਸ, ਮੈਂ ਤੁਹਾਡਾ ਦੋਸਤ ਗਗਨ ਸਮਾਲ। ਹੁਸ਼ਿਆਰਪੁਰ ਦਾ ਇੱਕ ਨੌਜਵਾਨ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰੋਜ਼ਾਨਾ ਆਉਂਦਾ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਅਤੇ ਭਰਦਾ ਹੈ ਹਜ਼ਾਰਾਂ ਲੋਕਾਂ ਦਾ ਪੇਟ। ਜੀ ਹਾਂ, ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ, ਹੁਸ਼ਿਆਰਪੁਰ ਤੋਂ ਇੱਕ ਗੁਰਸਿੱਖ ਨੌਜਵਾਨ ਹੈ ਜੋ ਕਿ ਰੋਜ਼ਾਨਾ ਕਈ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਸਪਤਾਲ ਦੇ ਵਿੱਚ ਲੰਗਰ ਜਿਹੜਾ ਲੈ ਕੇ ਆਉਂਦਾ ਅਤੇ ਕਈ ਜਿਹੜੇ ਗਰੀਬ ਇੱਥੇ ਭੁੱਖੇ ਲੋਕ ਹੁੰਦੇ ਨੇ ਉਹਨਾਂ ਦਾ ਜਿਹੜਾ ਪੇਟ ਭਰਦਾ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਆ ਕੇ ਜਿਹੜਾ ਲੰਗਰ ਇੱਥੇ ਛਕ ਰਹੇ ਨੇ ਅਤੇ ਸ਼ਰਧਾ ਦੇ ਨਾਲ ਜਿਹੜਾ ਲੋਕਾਂ ਵੱਲੋਂ ਲਾਈਨ ਬਣਾ ਕੇ ਜਿਹੜਾ ਲੰਗਰ ਛਕਿਆ ਜਾਂਦਾ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪੁਰ ਹੀਰਾਂ ਵੱਲੋਂ ਜਿਹੜੀ ਆ ਇਸ ਸੰਸਥਾ ਹੈਗੀ ਉਹਨਾਂ ਵੱਲੋਂ ਜਿਹੜਾ ਲੰਗਰ ਜਿਹੜਾ ਰੋਜ਼ਾਨਾ ਤਿਆਰ ਕਰਕੇ ਵੱਖ ਵੱਖ ਜਿਹੜੀਆਂ ਥਾਵਾਂ 'ਤੇ ਉਹ ਭੇਜਿਆ ਜਾਂਦਾ। ਅਤੇ ਇਸ ਨੌਜਵਾਨ ਦੀ ਗੱਲ ਕਰ ਲਈਏ ਤਾਂ ਇਹਨਾਂ ਦੀ ਸੇਵਾ ਲੱਗੀ ਹੈ ਪੱਕੇ ਤੌਰ 'ਤੇ, ਜੋ ਕਿ ਰੋਜ਼ਾਨਾ 2-2.5 ਘੰਟੇ ਦਾ ਸਫ਼ਰ ਤੈਅ ਕਰਕੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਆਉਂਦੇ ਨੇ ਅਤੇ ਇੱਥੇ ਆ ਕੇ ਜਿਹੜਾ ਉਹ ਲੰਗਰ ਦੀ ਸ਼ੁਰੂਆਤ ਕਰਦੇ ਨੇ। ਅਤੇ ਲੰਗਰ ਕਈ ਜਿਹੜੇ ਲੋਕ ਹੁੰਦੇ ਨੇ ਸੈਂਕੜੇ ਲੋਕਾਂ ਦਾ ਜਿਹੜਾ ਪੇਟ ਭਰਦੇ ਨੇ। ਲੰਗਰ ਦੀ ਗੱਲ ਕਰ ਲਈਏ ਤਾਂ ਲੰਗਰ ਦੀ ਪ੍ਰੰਥਾ ਜਿਹੜੀ ਉਹ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਏ ਤੋਂ ਸ਼ੁਰੂ ਕੀਤੀ ਗਈ ਸੀ, ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਦਿਆਂ ਸਾਰੇ ਹੀ ਗੁਰਦੁਆਰਾ ਸਾਹਿਬ ਅਤੇ ਅਨੇਕਾਂ ਜਿਹੜੇ ਲੰਗਰ ਹੈ ਉਹ ਲੱਗਦੇ ਆ। ਜਿੱਥੇ ਵੀ ਕੋਈ ਭੀੜ ਪੈਂਦੀ ਹੈ, ਜਿੱਥੇ ਵੀ ਕੋਈ ਜਿਹੜੀ ਸਮੱਸਿਆ ਆਉਂਦੀ ਹੈ ਤਾਂ ਗੁਰੂ ਦਾ ਲੰਗਰ ਉੱਥੇ ਆਪਣੇ ਆਪ ਪਹੁੰਚ ਜਾਂਦਾ, ਆਪਣੇ ਆਪ ਹੀ ਜਿਹੜਾ ਲੰਗਰ ਵਰਤਣਾ ਸ਼ੁਰੂ ਹੋ ਜਾਂਦਾ। ਤੁਸੀਂ ਆਮ ਹੀ ਦੇਖਦੇ ਹੋਵੋਗੇ ਕਿ ਅੱਜ ਤੱਕ ਜਿੱਥੇ ਵੀ ਲੋੜ ਪਈ ਹੈ ਲੰਗਰ ਦੀ ਤਾਂ ਗੁਰੂ ਘਰ ਦੇ ਸੇਵਾਦਾਰ ਕਦੇ ਵੀ ਜਿਹੜਾ ਉਹ ਪਿੱਛੇ ਨਹੀਂ ਹਟਦੇ। ਸੋ ਉਹਨਾਂ ਹੀ ਸੇਵਾ ਦੇ ਵਿੱਚੋਂ ਇੱਕ ਸੇਵਾ ਇਹ ਵੀ ਹੈ ਜਿਹੜਾ ਅੱਜ ਇੱਥੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਹੈ। ਸੋ ਰੋਜ਼ਾਨਾ ਹੀ ਜਿਹੜੀ ਇਹ ਸੇਵਾ ਲਗਾਤਾਰ ਚੱਲਦੀ ਹੈ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜੀ ਹੈ ਇਹ ਵੀਰ ਵੱਲੋਂ ਸੇਵਾ ਇੱਥੇ ਚਲਾਈ ਜਾਂਦੀ ਹੈ। ਅਤੇ ਗੱਲਬਾਤ ਉਹਨਾਂ ਦੇ ਨਾਲ ਅਸੀਂ ਕਰਦੇ ਹਾਂ ਕਦੋਂ ਤੋਂ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਹੋਈ ਹੈ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ, ਲੰਗਰ ਦੀ ਸੇਵਾ ਤੁਹਾਡੇ ਵੱਲੋਂ ਜਿਹੜੀ ਇੱਥੇ ਵਰਤਾਈ ਜਾਂਦੀ ਹੈ, ਲੰਗਰ ਵਰਤਾਇਆ ਜਾਂਦਾ, ਕਿੰਨੇ ਟਾਈਮ ਤੋਂ ਜਿਹੜੀ ਇਹ ਸੇਵਾ ਸਟਾਰਟ ਕੀਤੀ ਹੋਈ ਹੈ? ਵੈਸੇ ਤਾਂ ਆਪਣੇ ਸਥਾਨ ਬਣਿਆ ਜੀ 2018 ਦਾ, ਉੱਥੋਂ ਚੱਲਦੀ ਪਈ ਆ।
ਅਤੇ ਇੱਥੇ ਵੀ ਹੋਏ ਚੱਲੇ 7-8 ਮਹੀਨੇ ਤੋਂ ਚੱਲਦੀ ਪਈ ਲੁਧਿਆਣੇ 'ਚ, ਤਾਂ ਬਾਕੀ ਕਈ ਜਗ੍ਹਾ ਜਾਂਦਾ ਪੂਰੇ ਪੰਜਾਬ 'ਚ ਜਾ ਰਿਹਾ ਲੰਗਰ ਜੀ। ਹਾਂਜੀ, ਜੇ ਅਸੀਂ ਲੰਗਰ ਦੀ ਗੱਲ ਕਰੀਏ ਤਾਂ ਕਿਹੜੀ ਸੰਸਥਾ ਵੱਲੋਂ ਇਹ ਲੰਗਰ ਚਲਾਇਆ ਜਾਂਦਾ ਕਿ ਤੁਹਾਡੇ ਆਪਣੇ ਵੱਲੋਂ ਇਹ ਲੰਗਰ ਇੱਥੇ ਲਿਆਂਦਾ ਜਾਂਦਾ? ਨਹੀਂ ਜੀ, ਮੇਰੇ ਵੱਲੋਂ ਨਹੀਂ ਹੈਗਾ ਜੀ, ਇਹ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰ ਹੀਰਾ ਹੁਸ਼ਿਆਰਪੁਰ ਅਤੇ ਬਾਬਾ ਮਨਜੀਤ ਸਿੰਘ ਜੀ ਆ ਜਿਹੜੇ ਬਾਹਰ ਵਿਦੇਸ਼ਾਂ 'ਚ ਆ, ਅਤੇ ਉਹਨਾਂ ਵੱਲੋਂ ਆ ਜੀ। ਇੱਥੇ ਬਰਾੜ ਸਾਹਿਬ ਦੇਖ ਰਹੇ ਆ ਅਤੇ ਮੈਨੇਜਰ ਸਾਹਿਬ ਦੇਖ ਰਹੇ, ਦੇਖ ਰੇਖ ਕਰ ਰਹੇ, ਅਤੇ ਇਹ ਸਾਰਾ ਆਪਣਾ ਮਹਾਰਾਜ ਦੇ ਨਾਂ 'ਤੇ ਆ ਜੀ। ਅਤੇ ਉੱਥੋਂ ਹੀ ਬਾਈਪਾਸ 'ਤੇ ਆਪਣਾ ਸਥਾਨ ਬਣਿਆ ਹੋਇਆ ਅਤੇ ਉੱਥੋਂ ਹੀ ਆ ਰਿਹਾ ਜੀ ਲੰਗਰ। ਤੁਸੀਂ ਬਾਈ ਜੀ ਸੈਂਕੜੇ ਕਿਲੋਮੀਟਰ ਤੋਂ ਰੋਜ਼ਾਨਾ ਚੱਲ ਕੇ ਇੱਥੇ ਹਜ਼ਾਰਾਂ ਲੋਕਾਂ ਦਾ ਢਿੱਡ ਭਰਨ ਆਉਂਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਵਧੀਆ ਲੱਗਦਾ ਜੀ, ਸਾਰੇ ਵਧੀਆ ਬੋਲਦੇ ਆ ਅਤੇ ਵਧੀਆ ਲੱਗਦਾ ਕਿ ਅਗਲਾ ਜ਼ਿਆਦਾ ਵਧੀਆ ਅਗਲਾ ਖਾਂਦਾ, ਅਗਲੇ ਕਹਿੰਦੇ ਬਹੁਤ ਸਾਨੂੰ ਖੁਸ਼ੀ ਹੋਈ, ਕੋਈ ਭੁੱਖਾ ਹੁੰਦਾ ਅਗਲੇ ਕਹਿੰਦੇ ਜੀ ਅਸੀਂ ਭੁੱਖੇ ਬੈਠੇ ਸੀ ਸਵੇਰ ਦੇ ਅਤੇ ਤੁਸੀਂ ਆ ਗਏ, ਵਧੀਆ ਹੋ ਗਿਆ, ਅਤੇ ਤਾਂ ਕਰਕੇ ਫਿਰ ਵਧੀਆ ਲੱਗਦਾ ਜੀ। ਜੇ ਗੱਲ ਕਰ ਲਈਏ ਤਾਂ ਪੂਰੇ ਦਿਨ ਦੇ ਵਿੱਚ ਕਿੰਨੇ ਕੁ ਲੋਕ ਇੱਥੋਂ ਲੰਗਰ ਛੱਕ ਕੇ ਜਾਂਦੇ ਆ? ਇਹ ਸਾਰੇ ਸਟੇਸ਼ਨਾਂ 'ਤੇ ਜਾਂਦਾ ਜੀ, ਇੱਥੇ ਵੀ ਕਮ ਸੇ ਕਮ 6-7-8 ਸੌ ਬੰਦਾ ਤਾਂ ਛੱਕੇ ਜਾਂਦਾ ਜੀ। ਹਾਂਜੀ, ਜਿਹੜੀ ਇਹ ਸੇਵਾ ਚਲਾਈ ਹੋਈ ਹੈ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਜਿਹੜਾ ਸੰਸਥਾ ਵੱਲੋਂ ਜਿਹੜੀ ਸੇਵਾ ਚਲਾਈ ਜਾ ਰਹੀ ਹੈ, ਇਕੱਲੇ ਲੁਧਿਆਣਾ ਦੇ ਵਿੱਚ ਹੀ ਜਿਹੜਾ ਕਿ ਹੋਰ ਵੀ ਜਿਹੜੀਆਂ ਗੱਡੀਆਂ ਜਾਂਦੀਆਂ ਨੇ? ਨਹੀਂ, ਲੁਧਿਆਣੇ 'ਚ 3 ਜਗ੍ਹਾ ਆਉਂਦਾ ਜੀ, 1 ਬੱਸ ਅੱਡੇ ਅਤੇ 1 DMC ਅਤੇ 1 ਇੱਥੇ ਸਿਵਲ ਹੋਸਪਿਟਲ, ਬਾਕੀ 2 ਅੰਮ੍ਰਿਤਸਰ, ਆਪਣਾ ਤਰਨ ਤਾਰਨ, ਰੋਪੜ, ਗੜਸ਼ੰਕਰ, ਨਵਾਂਸ਼ਹਿਰ, PGI, ਚੰਡੀਗੜ੍ਹ, ਖੰਨਾ, ਇੱਧਰੋਂ ਬਟਾਲਾ, ਗੁਰਦਾਸਪੁਰ, ਸਾਰੇ ਪਾਸੇ ਜਾਂਦਾ ਜੀ। ਜਿੱਦਾਂ ਫਲੌਰ ਹੋ ਗਿਆ, ਫਗਵਾੜਾ, ਜਲੰਧਰ, ਸਾਰਿਆਂ ਪਾਸੇ ਜਾਂਦਾ। ਉੱਧਰ ਜੀਰਾ, ਫਿਰੋਜ਼ਪੁਰ, ਬਠਿੰਡਾ, ਉੱਧਰ ਵੀ ਸਾਰੇ ਜਾਂਦਾ ਜੀ। ਮੁਕਤਸਰ, ਸਾਰੇ ਪੰਜਾਬ 'ਚ ਹੀ ਹੋ ਚੱਲਿਆ ਜੀ, ਤਕਰੀਬਨ ਕੋਈ ਸਟੇਸ਼ਨ ਰਹਿੰਦੇ ਆ, ਉਹ ਵੀ ਹੌਲੀ ਹੌਲੀ ਪੂਰੇ ਹੋ ਜਾਣੇ ਜੀ। ਸੋ ਬਾਈ ਜੀ, ਲੋਕ ਜਿਹੜੇ ਇੱਥੇ ਆ ਕੇ ਲੰਗਰ ਛਕਦੇ ਨੇ, ਉਹਨਾਂ ਵੱਲੋਂ ਕਿਹੋ ਜਿਹਾ ਤੁਹਾਡੇ ਨਾਲ ਸੰਯੋਗ ਕੀਤਾ ਜਾਂਦਾ? ਮੇਰੇ ਨਾਲ ਤਾਂ ਵਧੀਆ ਸੰਯੋਗ ਕਰਦੇ ਜੀ, ਸਾਰੇ ਵਧੀਆ ਬੋਲਦੇ ਆ। ਕੋਈ ਜਦੋਂ ਕੋਈ ਸ਼ਰਾਬੀ ਆਉਂਦਾ ਜਾਂ ਕੋਈ ਨਸ਼ਾ ਨੁਸ਼ਾ ਕਰਕੇ ਆਉਂਦਾ, ਉਹੀ ਗਲਤ ਬੋਲਦੇ, ਬਾਕੀ ਤਾਂ ਸਾਡੇ ਨਾਲ ਵਧੀਆ ਬੋਲਦੇ ਜੀ ਸਾਰੇ। ਹਾਂਜੀ ਬਾਈ ਜੀ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਇੱਕ ਕਿਤੇ ਨਾ ਕਿਤੇ ਜਿਹੜਾ ਭਾਈਚਾਰਕ ਸਾਂਝ ਵੀ ਹੈ, ਕਿਉਂਕਿ ਇੱਥੇ ਸਾਰੇ ਲੋਕ ਜਿਹੜੇ ਉਹ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੇ ਆ, ਲਾਈਨ ਦੇ ਵਿੱਚ ਖੜ੍ਹੇ ਹੋ ਕੇ ਲੰਗਰ ਛਕਦੇ ਆ, ਤੁਹਾਡੇ ਵੱਲੋਂ ਲੋਕਾਂ ਨੂੰ ਕੀ ਮੈਸੇਜ ਆਉਂਦਾ? ਮੈਸੇਜ ਇਹ ਹੀ ਆ ਜੀ, ਸਾਰੇ ਜਣੇ ਚਲੋ ਜਿੱਦਾਂ ਦਾ ਵੀ ਕੋਈ ਕਰ ਸਕਦਾ, ਕੋਈ ਵੀ ਹੈਲਪ ਕਰਨੀ ਚਾਹੀਦੀ, ਸਾਰਿਆਂ ਨੂੰ ਕਰਨੀ ਚਾਹੀਦੀ ਹੈ ਨਾ। ਅਤੇ ਸਾਡੀ ਇਹ ਪੰਜਾਬ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਮਹਾਰਾਜ ਦੀ ਕਿਰਪਾ ਆ, ਚੱਕੋ ਵਾਹਿਗੁਰੂ ਜੀ, ਅਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ, ਜਿੱਦਾਂ ਜਿੱਦਾਂ ਦਾ ਵੀ ਕੋਈ ਕਰ ਸਕਦਾ, ਜਿੰਨੇ ਕੁ ਯੋਗਾ ਕੋਈ ਹੈ ਜੀ। ਅਤੇ ਇਹ ਤਾਂ ਹੁਣ ਵੱਡੇ ਕਾਰਜ ਆ, ਤਾਂ ਵੱਡੇ ਕੰਮ ਆ ਜੀ, ਇਹਨਾਂ ਦਾ ਤਾਂ ਹੁਣ ਲੱਖਾਂ ਕਰੋੜਾਂ ਦਾ ਕੰਮ ਆ ਨਾ ਜੀ, ਕਰੋੜਾਂ 'ਚ ਚੱਲ ਗਿਆ, ਅਤੇ ਜਿੰਨਾ ਕੁ ਯੋਗਾ ਕੋਈ ਹੈ ਸਕਦਾ ਓਨਾ ਹੀ ਕਰਨਾ ਚਾਹੀਦਾ। ਪੰਜਾਬ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਰੋਜ਼ਾਨਾ ਹੀ ਸੈਂਕੜੇ ਜਿਹੜੇ ਹਜ਼ਾਰਾਂ ਹੀ ਉਹ ਲੰਗਰ ਲੱਗਦੇ ਨੇ, ਅਤੇ ਤੁਹਾਡੇ ਸਾਹਮਣੇ ਵੀ ਜਿਹੜੀ ਇੱਕ ਬੇਨਤੀ ਹੈ ਕਿ ਜਿੱਥੇ ਵੀ ਕੋਈ ਲੰਗਰ ਲੱਗਦਾ, ਵੱਧ ਤੋਂ ਵੱਧ ਜਿਹੜਾ ਉੱਥੇ ਯੋਗਦਾਨ ਪਾਇਆ ਕਰੋ, ਤਾਂ ਜੋ ਜਿਹੜਾ ਤੁਹਾਡੇ ਥੋੜ੍ਹੇ ਜਿਹੇ ਸੰਯੋਗ ਦੇ ਨਾਲ ਹਜ਼ਾਰਾਂ ਲੱਖਾਂ ਲੋਕਾਂ ਦਾ ਜਿਹੜਾ ਉਹ ਢਿੱਡ ਭਰਿਆ ਜਾ ਸਕੇ। ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ, ਮੈਂ ਤੁਹਾਡਾ ਦੋਸਤ ਗਗਨ ਸਮਾਧ, ਨਾਲ ਕੈਮਰਾਮੈਨ ਪ੍ਰਿੰਸ ਕੁਮਾਰ।